ਨੂੰ ਬਾਏ, ਸਾਰਿਆਂ ਨੂੰ ਬਾਏ, ਮਿਲਦੇ ਜਲਦੀ, ਆਪ ਸਾਰੇ ਇੰਡੀਆ ਨੂੰ ਬਾਏ। ਮੇਰਾ ਭਰਾ ਨਾ ਹੀ ਓਕੇ ਭਾਅ ਜੀ, ਟਾੜਾ ਆ ਚੈੱਕ ਕਰੋ ਤੁਸੀਂ। ਸਫਾਈ ਹੋਣ ਡੀ ਜੀ ਕੂਲਰ ਦੀ, ਪੂਰੇ ਜਾਲੇ ਜੁਲੇ ਲਾ ਕੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ, ਕੀ ਹਾਲ ਚਾਲ ਜੀ ਸਾਰਿਆਂ ਦਾ। ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਆ ਚੈੱਕ ਕਰੋ ਕੀ ਚੀਜ਼ ਹੈ। ਅੱਜ ਮੋਰਨਿੰਗ ਦਾ ਟਾਈਮ ਹੋਇਆ ਸਿਰਫ 8:30 ਹੈ, ਟਾਈਮ ਹੋਇਆ ਜੀ ਮੋਰਨਿੰਗ 8:30 ਅਤੇ ਥੋੜ੍ਹਾ ਜਿਹਾ ਕੰਮ ਆ ਜੀ, ਆਪਾਂ ਕਿਤੇ ਜਾਣਾ ਅਰਜੈਂਟਲੀ। ਉਹ ਭਾਜੀ ਹੋਣੀ ਸਾਨੂੰ ਲੈਣ ਆਏ ਉੱਧਰ, ਚੈੱਕ ਕਰੋ ਸਪੈਸ਼ਲ ਜਿਹਦੇ ਨਾਲ ਜਾਣਾ ਉਹ ਵੇਖੋ, ਇਹ ਰੈਡੀ ਸ਼ੈਡੀ ਨਹੀਂ ਹੋ। ਅਤੇ ਕਾਕਾ ਭਾਅ ਨੂੰ ਘਰੋਂ ਠਾਲਣਾ ਆਇਆ ਸੀ, ਚਲੋ ਮੈਂ ਮੰਨਦਾ ਇਹ ਗੱਲ ਨੂੰ। ਅਤੇ ਅੱਜ ਦਾ ਕੀ ਕਹਿ ਸਕਦੇ ਹਾਂ ਹੁਣ, ਕਾਕੇ ਭਾਅ ਵਾਸਤੇ ਖਾ ਦਿਨ ਚੰਗਾ ਵੀ ਆ। ਅਤੇ ਚਲੋ ਤੁਹਾਨੂੰ ਰਾਸਤੇ ਦੱਸਦੇ ਹਾਂ ਜੀ, ਆਪਾਂ ਕਿੱਥੇ ਚੱਲੇ ਹਾਂ, ਕੀ ਕਰਨ ਚੱਲੇ ਹਾਂ, ਤੁਹਾਨੂੰ ਬਲੌਗ ਦੇ ਐਂਡ ਤੱਕ ਪਤਾ ਲੱਗ ਜੂਗਾ। ਅਤੇ ਬਲੌਗ ਦੇ ਨਾਲ ਬਣੇ ਰਹੋ। ਚਾਬੀ ਮੇਰੇ ਕੋਲ ਹੀ ਹੈ। ਹਾਂਜੀ ਅਤੇ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਗੱਡੀ ਕੱਢਣ। ਅਤੇ ਗੱਡੀ ਕੱਢ ਕੇ ਆਪਾਂ ਕਿੱਥੇ ਜਾਵਾਂਗੇ, ਥੋੜ੍ਹਾ ਗੈਸ ਮਾਰੋ। ਜੇ ਨਹੀਂ ਗੈਸ ਤਾਂ ਤੁਹਾਨੂੰ ਫਿਰ ਦੱਸਦੇ ਹਾਂ ਜੀ ਆਪਾਂ ਕਿੱਥੇ ਜਾਂਦੇ ਹਾਂ। ਉੱਥੇ ਜਾ ਕੇ ਨਾਲ ਨਾਲ ਦੱਸ ਦਿੰਦੇ ਹਾਂ ਨਾ, ਉੱਥੇ ਜਾ ਕੇ ਦੱਸਾਂਗੇ। ਇਹ ਕਹਿੰਦਾ ਇਹ ਸਾਰੀ ਗੈਂਗ ਇਕੱਠੀ ਹੋਈ ਫਿਰਦੀ ਆ, ਕਿੱਥੇ ਚੱਲੇ ਆ, ਉੱਥੇ ਜਾ ਕੇ ਦੱਸਾਂਗੇ। ਉੱਥੇ ਜਾ ਕੇ ਤੁਹਾਨੂੰ ਦੱਸਾਂਗੇ, ਨਾਲ ਕੋਈ ਵਿਖਾ ਵੀ ਦੇਵਾਂਗੇ। ਚੰਗਾ ਜੀ ਫਿਰ ਤੁਹਾਨੂੰ ਗੈਸ ਲੱਗ ਹੀ ਗਿਆ ਹੋਏਗਾ ਜੀ। ਆਪਾਂ ਕਾਕੇ ਭਾਅ ਨੂੰ ਛੱਡਣ ਚੱਲੇ ਹਾਂ ਜੀ ਏਅਰਪੋਰਟ 'ਤੇ, ਕਿਉਂਕਿ ਕਾਕੇ ਭਾਅ ਦੀ ਅੱਜ ਹੈਗੀ ਆ ਜੀ ਫਲਾਈਟ। ਅਤੇ ਫਲਾਈਟ ਦਾ ਟਾਈਮ ਹੈਗਾ ਕੋਈ ਕਰੀਬ 1 ਵਜੇ ਨਾ, ਬਟ ਤੁਹਾਨੂੰ ਪਤਾ ਹੀ ਏਅਰਪੋਰਟ 'ਤੇ ਐਂਟਰੀ ਪਹਿਲਾਂ ਹੁੰਦੀ ਆ, ਇਸ ਕਰਕੇ ਆਪਾਂ ਥੋੜ੍ਹਾ ਪਹਿਲਾਂ ਚੱਲੇ ਹਾਂ ਜੀ। ਅਤੇ ਵੇਟ ਕਰਦਾ ਪਿਆ ਮੈਂ ਸ਼ੁਭ ਦੀ, ਅਤੇ ਸ਼ੁਭ ਜਾਊਗਾ ਆਪਣੇ ਨਾਲ ਫੋਨ ਦੀ ਘੜੀ ਫਿਲਹਾਲ। ਕਾਕਾ ਭਾਅ ਨਹੀਂ ਵਲੋਗ 'ਚ ਥੋੜ੍ਹੀ ਦੇਰ ਨਜ਼ਰ ਆਊਗਾ, ਅਤੇ ਜਲਦੀ ਕਾਕੇ ਭਾਅ ਨੇ ਆ ਜਾਣਾ ਆ, ਅਤੇ ਫਿਰ ਵਲੋਗ 'ਚ ਜਲਦੀ ਨਜ਼ਰ ਆਊਗਾ ਜੀ ਕਾਕਾ ਭਾਅ ਆਪਣਾ। ਅਤੇ ਅੱਜ ਫਿਰ ਕਿਵੇਂ ਕਿਵੇਂ ਛੱਡ ਕੇ ਆਉਂਦੇ ਕਾਕੇ ਭਾਅ ਨੂੰ, ਉੱਥੇ ਕੀ ਵਲੋਗ ਬਣਦਾ ਆ, ਆਪਾਂ ਸਾਰਾ ਤੁਹਾਨੂੰ ਵਲੋਗ 'ਚ ਦੱਸਾਂਗੇ ਜੀ। ਰਸਤੇ 'ਚ ਉਹ ਬੰਦਾ ਆਪਣਾ ਆਉਣ ਡਿਆ ਸ਼ੁਭ, ਉਹ ਵੇਖੋ ਹੈ ਨਹੀਂ। ਅਤੇ ਚਲੋ ਮਿਲਦੇ ਹਾਂ ਜੀ ਤੁਹਾਨੂੰ ਫਿਰ ਰਸਤੇ 'ਚ। ਓਕੇ ਜੀ ਟਾੜਾ। ਯਾਰ ਹੁਣ ਚੱਲੇ ਬਾਹਰ, 1 ਘੰਟੇ ਬਾਅਦ ਇਹਨਾਂ ਨੇ ਸਾਡੇ ਲਾਗੇ ਲੱਭਣਾ। ਲੋ ਜੀ ਪੈਸੇ ਵੀ ਚੇਂਜ ਕਰਾ ਲੈ ਨਾਲ ਹੀ। ਅਸੀਂ ਲੱਗੇ ਹਵਾ ਭਰਾਉਣ, ਕਿਉਂਕਿ ਗਰਮੀ ਨੇ ਅੱਜ ਕੱਲ੍ਹ ਹਵਾ ਘੱਟ ਜਾਂਦੀ ਆ। ਅਸੀਂ ਬੰਦਾ ਰੱਖਿਆ ਜਿਹਨੇ ਸਭ ਕੁਝ ਚੈੱਕ ਕਰਾਉਣਾ, ਠੀਕ ਆ ਹਵਾ ਕਿੰਨੀ ਆ, ਪਾਣੀ ਪਹਿਲੇ ਨੰਬਰ ਦੇ ਆ, 54 ਭਰਾ ਟਾਇਰ ਪਾਰਨਾ ਵਾ, 54 ਵੱਧ ਵਾ। ਅਜੇ ਲਵ ਕਹਿਣ ਡਿਆ ਸੀ, ਕਹਿੰਦਾ ਵੀ ਹਵਾ ਚੈੱਕ ਕਰਾ ਲਈ ਘੱਟ ਲੱਗਣ ਡਈ ਆ ਮੈਨੂੰ। ਹੁਣ ਕਿਹਾ ਭਰਾ ਹੁਣ ਟਾਇਰ ਪਾਰ ਲਈਏ। ਹਲੇ ਬਸ ਬਟਾਲੇ ਦੇ ਬਾਈਪਾਸ ਤੇ ਥੋੜਾ ਪਿੱਛੇ ਹਲੇ
ਲੰਬੇ ਸੋਹਰੇ ਚੱਲਿਆ ਤੂੰ ਪਤਾ ਕਿੰਨੇ ਖਤਰਨਾਕ ਸੋਹਰੇ ਆ I love Gurdaspur. Oh, sorry, Patala. I love Patala. ਦਰਸ਼ਨ ਕਰਾਵਾਂਗੇ ਵਲੋਗ ਦੇ ਵਿੱਚ। ਚਲੋ ਮਿਲਦੇ ਆ ਜੀ ਤੁਹਾਨੂੰ ਰਸਤੇ ਦੇ ਵਿੱਚ। ਓਕੇ ਯਾਰ, ਗੱਡੀ ਪਹੁੰਚ ਗਏ ਨੇ ਟੋਲ ਤੇ। ਯਾਰ ਪਹੁੰਚ ਗਏ ਟੋਲ ਤੇ, ਤੇ ਟੋਲ ਆਪਾਂ ਨੂੰ ਫ੍ਰੀ ਆ। ਵੇਖਿਓ 11 ਵਜੇ ਦਾ ਤੇ ਖੁੱਲਦਾ ਜੇ ਪਛਾਣ ਲਿਆ ਤੇ। ਨਹੀਂ ਤੇ ਫਿਰ ਵਾਪਸ ਆ ਕੇ ਆਵਾਂ, ਫਿਰ ਪੱਟੀ ਤੇ ਘਟਾਵਾਂਗੇ ਜੀ ਫਿਰ ਅਸੀਂ। ਤੇ ਫਿਰ ਵਾਪਸ ਜਾਵਾਂਗੇ ਫਿਰ ਚੱਕਰ ਨਹੀਂ ਤੇ। ਹਾਂ ਮਾਰਸ਼ਾਲਾ ਉਸਤਾਦ, ਉਹ ਗਲਤੀ ਹੋ ਗਈ ਵੀਰ। ਮਾਰਸ਼ਾਲਾ ਇਹ ਨਾ ਸੋਚਿਓ, ਪਛਾਣ ਲਿਆ ਨੇ, ਪਛਾਣ ਲਿਆ, ਪਛਾਣ ਲਿਆ ਜੀ। ਇਹ ਨਾ ਸੋਚਿਓ, ਇਹ ਨਾ ਸੋਚੋ ਕਿ ਸਾਡੇ ਕੋਲ ਉਹ ਹੈ ਸਕੈਨਰ ਸਕੂਨਰ ਹੈਗਾ, ਅੱਜ ਤੇ ਸ਼ੀਸ਼ੇ ਤੇ ਦੇਖ ਸਕਦੇ ਜੇ ਕਿਤੇ ਸਾਡਾ ਸਕੈਨਰ ਹੈ ਨਹੀਂ ਹੈ ਕਿਤੇ ਵੀ। ਆਪਾਂ ਅੰਮ੍ਰਿਤਸਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜੀ, ਅਤੇ ਬਸ ਅਗਲਾ ਫਲਾਈ ਓਵਰ ਆ ਜੀ, ਅਤੇ ਆਹ ਵੇਖੋ ਜੈ ਹਿੰਦ ਪਹਿਲਾਂ ਮੈਂ ਇੰਡੀਆ। ਬਾਬਾ ਸੁੱਖ ਰੱਖੇ ਸਾਰਿਆਂ ਦੇ, ਸਾਰਿਆਂ 'ਤੇ ਸੁੱਖ ਰੱਖੇ ਬਾਬਾ ਸਾਰਿਆਂ। ਚੁੱਕੋ ਜੀ, ਏਅਰਪੋਰਟ ਆ ਗਿਆ ਜੀ ਆਪਣਾ, ਅਗਲਾ ਫਲਾਈ ਓਵਰ ਦੇ ਨੀਚੇ ਆ ਜੀ ਏਅਰਪੋਰਟ ਦਾ ਰਾਸਤਾ। ਅਜੇ ਬਾਹਰ ਨਿਕਲੇ ਹੀ ਆ ਅਤੇ ਗਰਮੀ ਦਾ ਪਤਾ ਲੱਗ ਗਿਆ ਵੀ ਚੰਗੀ ਭਲੀ ਗਰਮੀ ਹੈਗੀ ਆ ਜੀ। ਆਪਾਂ ਰੁਕੇ ਹਾਂ ਜੀ ਇੱਥੋਂ ਚਾਹ ਪੀਣ ਵਾਸਤੇ, ਅਤੇ ਥੋੜ੍ਹਾ ਬਹੁਤਾ ਕੁਝ ਖਾਣਾ ਵਗੈਰਾ ਹੈਗਾ,
ਤੇ ਉਹ ਖਾ ਲਈਏ ਤੇ ਆਹ ਨਾਲ ਹੀ ਆ ਅੰਦਰ ਨੂੰ ਏਅਰਪੋਰਟ ਆ ਤੇ ਇਹਦੇ ਨਾਲ ਹੀ ਆ ਬਾਹਰ ਟੀ ਸਟਾਲ ਇੱਥੋਂ ਚੱਕਦੇ ਹਾਂ ਜੀ ਅਤੇ ਫਿਰ ਚਾਹੇ ਬੂਟਾ ਬਾਹਰ ਫਟਾਫਟ ਇਕੱਲੇ ਚਾਹੇ ਵਾਲੇ ਮਿਲਦੇ ਹਾਂ ਕੀ ਬਣਾ ਕੇ ਦਿੱਤਾ ਭਾਬੀ ਨੇ ਅੱਜ ਫਿਰ ਪਨੀਰ ਇੱਥੇ ਚਾਏ ਪੀਏਂਗੇ ਹਮ ਸਾਥ ਮੇਂ ਫਿਰ ਮਿਲਦੇ ਹਾਂ ਜੀ ਤੁਹਾਨੂੰ ਰੋਟੀ ਪਾਣੀ ਆਪਾਂ ਖਾ ਲਈਏ ਥੋੜ੍ਹਾ ਜਿਹਾ ਭੁੱਖੀ ਲੱਗੀ ਓਕੇ ਜੀ ਹੈਲੋ ਹਾਂਜੀ ਤਾਂ ਇਕੱਠਿਆਂ ਚਾਹ ਚੱਲਦੀ ਪਈ ਲਾਸਟ ਚਾਹ ਆਹ ਸਾਲ ਦੀ ਅਗਲੇ ਸਾਲ ਪੀਵਾਂਗੇ ਇਕੱਠੀ ਚਾਹ ਹਾਂਜੀ ਅਤੇ ਦੋਸਤੋ ਆਪਾਂ ਚੱਲੇ ਚਾਹ ਪੀ ਕੇ ਅਤੇ ਰੋਟੀ ਪਾਣੀ ਛੱਕ ਕੇ ਅਤੇ ਹੁਣ ਨਿਕਲ ਲੱਗੇ ਹਾਂ ਜੀ ਏਅਰਪੋਰਟ ਨੂੰ ਅਤੇ ਸਾਡੀ ਗੱਡੀ ਵੇਖੋ ਕਿੱਦਾਂ ਘੇਰਾ ਪਾਇਆ ਤਾ ਇੱਧਰੋਂ ਗੱਡੀ ਇੱਧਰੋਂ ਗੱਡੀ ਇੱਧਰੋਂ ਗੱਡੀ ਸਾਨੂੰ ਵਿੱਚ ਫਸਾਇਆ ਤਾ ਗੱਡੀ 'ਤੇ ਚਲੋ ਮਿਲਦੇ ਹਾਂ ਜੀ ਤੁਹਾਨੂੰ ਹੁਣ ਏਅਰਪੋਰਟ ਵਿਖਾਉਂਦੇ ਹਾਂ ਆਪਣੇ ਅੰਮ੍ਰਿਤਸਰ ਦਾ ਆਪਾਂ ਗੱਡੀ ਮੋੜਦੀ ਆ ਜੀ ਏਅਰਪੋਰਟ ਨੂੰ ਛੱਕੋ ਤੁਸੀਂ ਫੋਰਚੂਨਰ ਆ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਚਲੋ ਮਿਲਦੇ ਹਾਂ ਤੁਹਾਨੂੰ ਲਓ ਜੀ ਪਰਚੀ ਕੱਟੀ ਗਈ ਹੈ ਐਂਟਰੀ ਦੀ ਆ ਸਾਹਮਣੇ ਏਅਰਪੋਰਟ ਇੱਧਰੋਂ ਦੇ ਅਸੀਂ ਅੰਦਰੋਂ ਇੰਨਾ ਫਿਲਹਾਲ ਅਸੀਂ ਪਾਰਕਿੰਗ ਵੱਲ ਜਾਵਾਂਗੇ ਪਹਿਲਾਂ ਅਸੀਂ ਗੱਡੀ ਪਾਰਕ ਕਰਾਂਗੇ ਫਿਰ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਵਿਊ ਦਿਖਾਵਾਂਗੇ ਬਾਹਰ ਦਾ ਸਾਹਿਬ ਜੀ ਨੂੰ ਹੁਣ ਸਮਝ ਨਹੀਂ ਆ ਰਹੀ ਐਂਟਰੀ ਕਿੱਧਰੋਂ ਆ ਅਤੇ ਐਗਜ਼ਿਟ ਕਿੱਧਰੋਂ ਆ ਥੋੜ੍ਹੀ ਜਿਹੀ ਐਂਟਰੀ ਗਲਤ ਲੈ ਲਈ ਹੈ ਸਾਹਿਬ ਜੀ ਨੇ ਹੁਣ ਤੁਹਾਡੇ ਅਸੀਂ ਪਾਰਕਿੰਗ 'ਚ ਐਂਟਰੀ ਕਰਾਈਏ ਹਾਂ ਆਪਾਂ ਗੱਡੀ ਪਾਰਕਿੰਗ 'ਚ ਲਗਾ ਲਈ ਆ ਲੱਗੇ ਉਤਰਨ ਹੋਣ ਲੱਗਿਆਂ ਜੀ ਉਤਰਨ ਜਾਣਾ ਵੀ ਜ਼ਰੂਰੀ ਆ ਜਾਣਾ ਜ਼ਰੂਰੀ ਆ ਚਲੋ ਸਾਰੇ ਕੰਮ ਵੇਖਣੇ ਪੈਂਦੇ ਆ ਅਤੇ ਚਲੋ ਤੁਹਾਨੂੰ ਮਿਲਦੇ ਹਾਂ ਜੀ ਅਤੇ ਤੁਹਾਨੂੰ ਏਅਰਪੋਰਟ ਵਿਖਾਉਂਦੇ ਹਾਂ ਜੀ ਆਪਣੇ ਅੰਮ੍ਰਿਤਸਰ ਦਾ ਬਾਬਾ ਰਹਿ ਗਿਆ ਬਾਬੇ ਦੀ ਉਹ ਬਾਰੀ ਨਹੀਂ ਖੁੱਲ੍ਹਣ ਡੀ ਆਪਾਂ ਉਧਰਲੀ ਸਾਈਡ ਅੱਗੇ ਚੱਲ ਗਏ ਸੀ ਉਹ ਸ਼ਾਇਦ ਵੀ ਆਈ ਪੀ ਪਾਰਕਿੰਗ ਹੀ ਜਿਹੜੇ ਇੱਥੇ ਉਹ ਲੱਗੇ ਆ ਨਾ ਸਟਾਫ ਲੱਗਾ ਉਹਨਾਂ ਦੀ ਪਾਰਕਿੰਗ ਇਹ ਅਤੇ ਆਪਾਂ ਉੱਧਰ ਨੂੰ ਐਂਟਰੀ ਕਰ ਲਈ ਝੋਟਾ ਫੋਰਡ ਦਾ ਝੋਟਾ ਕਾਕੇ ਭਾਅ ਜੀ ਹੋਣੀ ਆਪਣਾ ਸਮਾਨ ਆਪ ਲਿਆਉਂਦੇ ਹੋਏ ਛੱਡਣ ਮੈਨੂੰ ਆਏ ਤੁਸੀਂ ਕਿ ਮੈਂ ਤਾਂ ਛੱਡਣ ਆਇਆ ਅੱਜ ਤਾਂ ਦੋਸਤੋ ਆਪਾਂ ਕਾਕੇ ਭਾਅ ਨੂੰ ਛੱਡਣ ਆਏ ਹਾਂ ਜੀ ਏਅਰਪੋਰਟ ਪਹੁੰਚ ਗਏ ਹਾਂ ਅਤੇ ਏਅਰਪੋਰਟ ਜਨਤਾ ਵੇਖੋ ਕਿੰਨੀ ਚੱਲੀ ਬਾਹਰ ਨੂੰ ਬੜੀਆਂ ਰਿਕੁਐਸਟਾਂ ਕਰਕੇ ਫਿਰ ਬੰਦੇ ਲੈ ਗਏ ਜੀ ਸਾਨੂੰ ਤਾਂ ਕੋਈ ਰਿਕੁਐਸਟ ਨਹੀਂ ਕੀਤੀ ਭਰਾ ਆਪਾਂ ਤਾਂ ਆਪ ਕਾਹਲੇ ਕਰਨੇ ਆ ਜਾਣ ਨੂੰ ਨਾਲ ਕੋਈ ਖੜ੍ਹਨ ਨਾਲ ਹੋਏ ਬਸ ਸਾਨੂੰ ਨਾਲ ਆਪਾਂ ਆਪਣੇ ਯਾਰ ਨੂੰ ਬੜਾ ਲਾਭ ਨੂੰ ਕਿਹਾ ਸੀ ਪਰ ਉਹ ਬਿਜ਼ੀ ਕਰਕੇ ਨਹੀਂ ਆ ਥੋੜ੍ਹਾ ਬਿਜ਼ੀ ਸੀ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਕਹਿੰਦਾ ਕਿ ਵਾਪਸੀ ਮੈਂ ਲੈਣ ਆਵਾਂਗਾ ਵਾਪਸੀ ਤਾਂ ਕਹਿੰਦਾ ਮੈਂ ਲੈ ਜ਼ਰੂਰ ਆਵਾਂਗਾ ਤੁਹਾਨੂੰ ਕਹਿੰਦਾ ਜਾਂਦਾ ਤੁਹਾਨੂੰ ਵੇਖ ਨਹੀਂ ਸਕਦਾ ਮੈਨੂੰ ਰੋਣਾ ਆ ਜਾਣਾ ਜਾਂਦਾ ਤੁਹਾਨੂੰ ਵੇਖ ਨਹੀਂ ਸਕਦਾ ਵਾਪਸੀ ਲੈਣ ਕਹਿੰਦਾ ਜ਼ਰੂਰ ਆਵਾਂਗਾ ਉਹ ਤੁਹਾਡੀ ਫੋਟੋ ਤੁਹਾਡੀ ਚੀਜ਼ ਸਮਾਈਲ ਪਲੀਜ਼ ਰਸ਼ ਦੇਖੋ ਕਿੰਨਾ ਏਅਰਪੋਰਟ 'ਤੇ ਚਲੋ ਹਾਂਜੀ ਅਤੇ ਦੋਸਤੋ
ਟਿਕਟ ਲੈ ਲਈ ਆ ਜੀ ਅੰਦਰ ਐਂਟਰੀ ਦੀ, ਆਪਾਂ ਵੀ ਕਾਕੇ ਪਾਉਣਾ ਅੰਦਰ ਐਂਟਰੀ ਕਰਾਂਗੇ, ਠੀਕ ਆ ਜੀ। ਬਾਹਰੋਂ ਬੜੇ ਵਾਲੀ ਵੇਖਿਆ, ਬਾਹਰ ਹੀ ਆਏ ਦਸ ਬਵੰਜਾ ਦਾ ਟਾਈਮ ਆ, ਦੂਜੇ ਦੇ ਪੈ ਗਿਆ। ਪੁੱਛਣਾ ਨਾ ਕਿੰਨੇ ਚਿਰ ਪੈ ਲੇਗਾ ਜਾਂ ਪੁੱਛ ਗਿਆ। ਆਪਾਂ ਵੀ ਲੈਂਦੇ ਅੰਦਰ ਜਾਣਾ, ਐਡੀ ਕਾਲੀ ਪਈ ਬਾਹਰ ਤੇ ਮਿਲ ਕੇ ਨੀ ਗਿਆ, ਹੁਣ ਇੱਥੇ ਵੀ ਨੀ ਮਿਲਣਾ ਆਪਾਂ ਤੈਨੂੰ। ਤੁਸੀਂ ਮਿਲਣਾ, ਤੁਸੀਂ ਮਿਲਣਾ ਕਿਉਂ ਨੀ ਆ, ਚਾਰ ਪੰਜ ਦੀ ਮੰਗਾਉਣਾ ਦੇਖੋ ਤੇ। ਉਹ ਤੂੰ ਇੱਧਰੋਂ ਪਹੁੰਚ, ਆਪਾਂ ਉੱਧਰੋਂ ਦੀ ਆ ਗਏ ਅੰਦਰ। ਜਿਵੇਂ ਸੁੱਕੇ ਇੱਧਰੋਂ ਆ ਗਏ, ਸੁੱਕੇ ਇੱਧਰੋਂ ਹੀ ਆਹ ਲੈਣ 'ਚ ਲੱਗ ਨਾ ਜਦੋਂ ਲੱਗੇ ਜੀ ਵਾਲਾ ਹੁਣ ਲੱਗੇ ਤੋਂ ਬਿਨਾ ਵਾ। ਤੇ ਆਪਾਂ ਆਏ ਸੀ ਸ਼ੋਭਾ ਹੋਣੀ, ਐਂ ਪੱਕ ਭਾਅ ਦੀ ਐਂਟਰੀ ਆ ਗਈ ਆ ਜੀ ਹੁਣ। ਕੈਦ ਕਰਤਾ ਅੰਦਰ, ਆਪਾਂ ਕਾਕਾ ਭਾ ਮਿਲਣਾ ਆਇਆ ਸੀ। ਓਕੇ ਭਾਅ ਜੀ, ਟਾਟਾ। ਓਕੇ ਟੇਕ ਕੇਅਰ, ਹੈਵ ਅ ਸੇਫ ਜਰਨੀ। ਜਾ ਰਹੇ ਹਾਂ ਜੀ ਹੁਣ ਪਾਰਕਿੰਗ ਵੱਲ ਨੂੰ, ਅਤੇ ਭਰਾ ਹੋਣੀ ਟਿਕਟ ਮਿਲ ਗਈ ਸੀ ਅਤੇ ਉਹ ਚੱਲ ਗਏ ਸੀ, ਅਤੇ ਆਪਾਂ ਸੋਚਿਆ ਆਪਾਂ ਵੀ ਕੀ ਕਰਨਾ ਹੁਣ, ਅਤੇ ਹੁਣ ਪਾਰਕਿੰਗ ਵੱਲ ਨੂੰ ਚੱਲੇ ਹਾਂ ਜੀ, ਅਤੇ ਫਿਰ ਮਿਲਦੇ ਹਾਂ ਜੀ ਤੁਹਾਨੂੰ ਹੁਣ ਸਿੱਧਾ ਘਰ ਜਾ ਕੇ। ਓਕੇ ਜੀ ਟਾੜਾ। ਹਾਂਜੀ ਦੋਸਤੋ, ਇੱਕ ਆਹ ਝੋਟਾ ਵੇਖੋ ਅਤੇ ਇੱਕ ਤੁਹਾਨੂੰ ਚੀਜ਼ ਦੱਸਦੇ ਹਾਂ ਜੀ, ਆਹ ਚੈੱਕ ਕਰੋ ਤੁਸੀਂ ਧਿਆਨ ਰਹਿਣਾ। ਆਪਾਂ ਪਹੁੰਚ ਚੁੱਕੇ ਹਾਂ ਜੀ ਘਰ, ਅਤੇ ਟਾਈਮ ਹੋਇਆ ਜੀ ਕੋਈ ਕਰੀਬ 3:30 ਪੌਣੇ 4, ਅਤੇ ਆਪਾਂ 1:30 ਵਜੇ ਦੇ ਘਰ ਪਹੁੰਚ ਚੁੱਕੇ ਹਾਂ ਜੀ। ਆਪ ਫਰੈਸ਼ ਫਰੈਸ਼ ਹੋਏ ਹਾਂ ਜੀ, ਖਾਣਾ ਵਗੈਰਾ ਖਾਣ ਦੀ ਭੁੱਖ ਨਹੀਂ ਸੀ ਕਿਉਂਕਿ ਤੁਹਾਨੂੰ ਪਤਾ ਉੱਥੋਂ ਕਰ ਲਿਆ ਸੀ ਖਾਣਾ, ਅਤੇ ਆਉਂਦੇ ਨੂੰ ਦੇਖਿਆ ਕੰਮ ਹੋ ਗਿਆ ਜੀ ਸਟਾਰਟ, ਅਤੇ ਸਾਡੀ ਮਿਸਟੀ ਵੇਖਣ ਦੀ ਲਾਈਵ ਕਿ ਅੰਦਰ ਕੀ ਚੱਲਦਾ ਪਿਆ ਅਤੇ ਕੀ ਨਹੀਂ। ਆਹ ਵੇਖੋ ਜੀ ਪਹਿਲਾ ਕਮਰਾ, ਅਤੇ ਆਹ ਬਾਊ ਜੀ ਹੋਣੀ ਪਛਾਣੋ, ਅਤੇ ਆਹ ਵੀ ਬਾਊ ਜੀ ਹੋਣੀ ਪਛਾਣੋ ਪਹਿਲਾਂ ਵਾਲੇ, ਅਤੇ ਆਉਂਦੇ ਨੂੰ ਆਹ ਕੰਮ ਕੀਤਾ ਇੰਨਾ ਬੜਾ, ਇਹਨਾਂ ਨੂੰ ਕਰਨ ਦਿਓ ਜੀ ਕੰਮ। ਆਪਣੇ ਹਜੇ ਕਾਕੇ ਭਾਅ ਦਾ ਮੈਸੇਜ ਵਗੈਰਾ ਨਹੀਂ ਆਇਆ, ਫੋਨ ਵਗੈਰਾ ਨਹੀਂ ਆਇਆ। 1:30 ਵਜੇ ਫਲਾਈਟ ਸੀ ਉਹਨਾਂ ਦੀ, ਅਤੇ ਪਤਾ ਨਹੀਂ ਕਦੋਂ ਪੁੱਜਣਾ, ਮੇਰੇ ਖਿਆਲ ਜੇ ਤਾਂ ਨੋਨ ਸਟੋਪ ਹੋਈ ਫਿਰ 4 ਘੰਟੇ ਲੱਗਦੇ ਆ, ਅਤੇ ਆਈ ਥਿੰਕ ਜੇ ਨਾ ਨੋਨ ਸਟੋਪ ਹੋਈ ਤਾਂ ਫਿਰ ਟਾਈਮ ਜ਼ਿਆਦਾ ਲੱਗ ਸਕਦਾ ਆ। ਜੀ ਮੈਨੂੰ ਵੀ ਪਤਾ ਹੁਣ ਜੋ ਸਮਾਨ ਆਇਆ ਹੋਈ ਆ ਪਤਾ ਕਰਨਾ। ਉਸਤਾਦ ਜੀ ਆਇਆ ਅਤੇ ਆਹ ਵੇਖੋ ਇਹ ਵਿੱਚੋਂ ਜੋੜ ਆਇਆ, ਰੱਬ ਜਾਣੇ ਹੋਣਾ ਕਿੱਦਾਂ ਕਿੱਦਾਂ ਨੇ। ਮਿਸਤਰੀ ਸਾਹਿਬ ਨਾਲ ਆਓ ਗੱਲ ਕਰਦੇ ਹਾਂ ਜੀ। ਮਿਸਤਰੀ ਸਾਹਿਬ ਦੱਸੋ ਕਿੰਨੇ ਵਜੇ ਆਏ ਸਵੇਰੇ, ਫਿਰ ਮੈਂ ਤਾਂ ਘਰ ਆ ਨਹੀਂ, ਕਿੰਨੇ ਵਜੇ ਆਏ? ਪ੍ਰੋਪਰ ਟਾਈਮ ਤੁਹਾਡੇ ਕੋਲ ਹੀ ਸਰ,
ਮੈਨੂੰ ਮਾੜਾ ਜਿਹਾ ਸਮਾਨ ਨਹੀਂ ਮਿਲਿਆ ਤਾਂ ਉਹ ਘੋੜੀ ਪਹਿਲਾਂ ਦੂਜੀ ਲਿਆਂਦੀ ਸੀ ਉਹ ਹਿਲਦੀ ਜ਼ਿਆਦਾ ਸੀ ਪਰ ਬੈਲੈਂਸ ਹੈਨੀ ਸੀ ਉਹਦਾ ਅਤੇ ਫਿਰ ਚੇਂਜ ਕਰਕੇ ਲਿਆਂਦੀ ਥੋੜ੍ਹਾ ਜਿਹਾ ਅੱਧਾ ਪੌਣਾ ਘੰਟਾ ਘੰਟਾ ਦੋ ਘੰਟੇ ਇੰਨੇ ਲੈ ਗਏ ਅਤੇ ਹੁਣ ਥੋੜ੍ਹਾ ਜਿਹਾ ਸਮਾਨ ਦਾ ਪੈਣ ਡਿਆ ਸਮਾਨ ਅਤੇ ਮਿਸਤਰੀ ਸਾਹਿਬ ਹੁਣ ਕਾਹਲੀ ਪਾਉਣ ਡੇ ਆ ਘਰ ਜਾਣ ਦੀ ਤੁਸੀਂ ਕਰਨਾ ਘੱਟ ਆ ਗਏ ਟਾਈਮ ਹੋਇਆ ਤੁਹਾਨੂੰ ਮੈਂ ਟਾਈਮ ਦੱਸਦਾ ਟਾਈਮ ਕੀ ਹੋਇਆ 4 ਵਜੇ ਆ ਅਤੇ ਕਹਿੰਦੇ ਆਪਾਂ ਚੱਲੇ ਹਾਂ ਇੱਦਾਂ ਦੇ ਆਪਣੇ ਜਿਹੜੇ ਖਾਸ ਲੱਗਦੇ ਆ ਨਾ ਸੱਜਣ ਪਿਆਰੇ ਉਹਨੂੰ ਪਤਾ ਫਿਰ ਜਦੋਂ ਮਰਜ਼ੀ ਤੁਰ ਪਓ ਆਪਣਾ ਹੀ ਘਰ ਆ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਅਤੇ ਅੱਜ ਕੰਮ ਆ ਜੀ ਮੁੰਡੇ ਨੂੰ ਅਤੇ ਮੁੰਡਾ ਫਿਰ ਕੱਲ੍ਹ ਤੋਂ ਪੂਰਾ ਪ੍ਰੋਪਰ ਟਾਈਮ ਲਾਊਗਾ ਆਹ ਵੇਖੋ ਆ ਸਾਰਾ ਜਿੱਦਾਂ ਖਰਾਬ ਹੋ ਗਿਆ ਤਾ ਨਾ ਬਸ ਆਹ ਰੂਮ ਤਾਂ ਕਰਕੇ ਕਰਾਉਣਾ ਜ਼ਿਆਦਾ ਅਤੇ ਉੱਧਰਲਾ ਰੂਮ ਵੀ ਫਿਰ ਖਰਾਬ ਹੋ ਗਿਆ ਤਾ ਹੈ ਤਾਂ ਕਰਕੇ ਜ਼ਿਆਦਾ ਕਰਨਾ ਜੇ ਆਪਾਂ ਅਤੇ ਚਲੋ ਅਤੇ ਅੱਜ ਇਹਨੂੰ ਛੁੱਟੀ ਦਿੰਦੇ ਹਾਂ ਜੀ ਅਤੇ ਕੱਲ੍ਹ ਤੋਂ ਇਹਦੇ ਕੋਲ ਪ੍ਰੋਪਰ ਟਾਈਮ ਨਾਲ ਸਾਰਾ ਕੰਮ ਕਰਾਵਾਂਗੇ ਠੀਕ ਆ ਜੀ ਕੱਲ੍ਹ ਤੁਹਾਡੇ ਕੋਲ ਹੀ ਆ ਚਲ ਠੀਕ ਆ ਚਲੋ ਠੀਕ ਆ ਜੀ ਇਹਨੇ ਇੱਥੇ ਰੱਖ ਲੈਣਾ ਕਰਨਾ ਹਾਂਜੀ ਅਤੇ ਮਾਲਕੋ ਆਪਾਂ ਸਮਾਨ ਲੈਣ ਆਏ ਹਾਂ ਜੀ ਇਹ ਸਮਾਨ ਲੈ ਕੇ ਅਤੇ ਜਾ ਰਹੇ ਹਾਂ ਆਪਣੇ ਏ ਸੀ ਵਾਲੇ ਭਾਅ ਜੀ ਆਏ ਜੀ ਅਤੇ ਹੋ ਕੇ ਚਲ ਗਿਆ ਜੀ ਆ ਵੇਖੋ ਏ ਸੀ ਦਾ ਗਿਆ ਨਹੀਂ ਕੀਤਾ ਆਪਾਂ ਡਾਊਨ ਕਰਨਾ ਸੀ ਅਤੇ ਉਹਨਾਂ ਨੇ ਛੱਤ ਸੀਲਿੰਗ ਇੱਦਾਂ ਹੀ ਰਹਿਣ ਦੀ ਥੋੜ੍ਹਾ ਡਾਊਨ ਕਰਨਾ ਸੀ ਉਹ ਜਿੱਥੋਂ ਤੱਕ ਲੀਡ ਲਮਕਣ ਡੀ ਆ ਸਿਰਫ ਉੱਥੋਂ ਤੱਕ ਹੁਣ ਹੋਊਗਾ ਐਡਜਸਟਮੈਂਟ ਅਤੇ ਹੁਣ ਦੇਖਦਾ ਹੈ ਜੀ ਏ ਸੀ ਵਗੈਰਾ ਲਾ ਤਾ ਅਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਅਤੇ ਹੁਣ ਕਰਦੇ ਹਾਂ ਜੀ ਆਪਾਂ ਐਕਸਪੈਰੀਮੈਂਟ ਕੂਲਰ 'ਚ ਭਰਾਂਗੇ ਜੀ ਪਾਣੀ ਪਹਿਲਾਂ ਤੁਹਾਨੂੰ ਕੂਲਰ ਦੱਸਦੇ ਹਾਂ ਜੀ ਸਾਡੇ ਘਰ ਵੀ ਹੈਗਾ ਕੂਲਰ ਇੱਕ ਏ ਸੀ ਦਾ ਬੜਾ ਬੁਰਾ ਹਾਲ ਨੇ ਮੈਂ ਏ ਸੀ ਲਾ ਕੇ ਬੈਠਾ ਤਾਂ ਸੀ ਅਤੇ ਲਾਉਣਾ ਪੈ ਗਿਆ ਅਰਜੈਂਟਲੀ ਨਹੀਂ ਤਾਂ ਉਹਨਾਂ ਦੀ ਕੱਲ੍ਹ ਛੁੱਟੀ ਹੋਏ ਨਹੀਂ ਇਹ ਜੇ ਕੱਲ੍ਹ ਵੀ ਤਾਂ ਲਵਾਉਣਾ ਇਹ ਆ ਜੀ ਆਪਣਾ ਸਲਿਮ ਵਾਲਾ ਕੂਲਰ ਉੱਥੇ ਚਾਲੇ ਚੂਲੇ ਲੱਗੇ ਆ ਜੀ ਕਾਫੀ ਚਿਰ ਬਾਅਦ ਕੱਢਿਆ ਅਤੇ ਤੁਹਾਨੂੰ ਪੂਰਾ ਦਿਖਾਵਾਂਗੇ ਜੀ ਅੱਜ ਲਾਵਾਂਗੇ ਸਫਾਈ ਹੋਣ ਡੀ ਜੀ ਕੂਲਰ ਦੀ ਚੈੱਕ ਕਰੋ ਜੀ ਪੂਰੇ ਚਾਲੇ ਚੂਲੇ ਲਾ ਕੇ ਅਤੇ ਆਪਾਂ ਪਾਣੀ ਕਰਤਾ ਜੇ ਸਟਾਰਟ ਆਪਣੇ ਪਾਣੀ ਪੂਣੀ ਵਗੈਰਾ ਚੱਲ ਗਿਆ ਆ ਜੀ ਅੱਜ ਏ ਸੀ 'ਚ ਕਰਾਂਗੇ ਜੀ ਸਾਡਾ ਹੀ ਏ ਸੀ ਅੱਜ ਠੰਡੀ ਹਵਾ ਲੱਭ ਗਈ ਉੱਥੇ ਕਿਆ ਬਾਤ ਹੈ ਚਲੋ ਠੀਕ ਆ ਜੀ ਫਿਰ ਚਲੋ ਦੋਸਤੋ ਅਤੇ ਆਪਾਂ ਇੱਥੇ ਕਰਦੇ ਹਾਂ ਜੀ ਆਪਣਾ ਵਲੋਗ ਐਂਡ ਆਈ ਹੋਪ ਕਿ ਤੁਹਾਨੂੰ ਵਲੋਗ ਘੈਂਟ ਲੱਗਿਆ ਹੋਏਗਾ ਅਤੇ ਇੱਦਾਂ ਦੇ ਹੋਰ ਵਲੋਗ ਵੇਖਣ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਫੇਸਬੁੱਕ 'ਤੇ ਫੋਲੋ ਕਰ ਦਿਓ ਮਿਲਦੇ ਹਾਂ ਜੀ ਤੁਹਾਨੂੰ ਫਿਰ ਨਵੇਂ ਅਤੇ ਘੈਂਟ ਜੇ ਵਲੋਗ ਦੇ ਨਾਲ ਓਕੇ ਜੀ ਟਾਟਾ।